ਆ ਜਾ ਪੁੱਤ ਛੇਤੀ, ਮੇਰੀ ਗੱਲ ਸੁਣ, ਕਾਗਜ਼ ਪੱਤਰ ਸਾਰੇ ਚੱਕ ਲੈ। ਹਾਂ ਹਾਂ ਮਾਂ, ਉਹ ਤਾਂ ਸਾਰੇ ਵਕੀਲ ਕੋਲ ਮੈਂ ਪਹਿਲੀ ਪਹੁੰਚਦੇ ਕਰਤੇ ਸੀਗੇ। ਅੱਛਾ, ਤੇ ਆਧਾਰ ਕਾਰਡ ਤੇਰਾ? ਆਧਾਰ ਕਾਰਡ ਮੈਂ ਪਰਸ 'ਚ ਪਾ ਲਿਆ, ਬਠੂ 'ਚ ਉਹਦਾ ਮੇਰੇ। ਤੇ ਮੇਰਾ ਵੀ ਪਾ ਲਿਆ ਸੀ ਪਰਸ ਵਿੱਚ? ਤੇਰਾ ਵੀ ਪਾ ਲਿਆ ਮਾਂ, ਸਾਰਾ ਕੁਝ ਚੱਕ ਲਿਆ ਮੈਂ। ਬਸ ਪੁੱਤ, ਖਿਆਲ ਨਾਲ ਜਿਹੜੀ ਵੀ ਗੱਲ ਵਕੀਲ ਨਾਲ ਆਪਾਂ ਨਾ ਕਰਨੀ ਆ, ਸੋਚ ਸਮਝ ਕੇ ਕਰਨੀ ਆ। ਤੈਨੂੰ ਪਤਾ ਹੀ ਆ, ਕਚਹਿਰੀਆਂ 'ਚ ਅੱਧਾ ਝੂਠ ਤੇ ਅੱਧਾ ਸੱਚ, ਠਾਣੇ ਦੁਆਰਿਆਂ 'ਚ ਹੋਰ ਕੀ ਚੱਲਦਾ, ਝੂਠ ਹੀ ਚੱਲਦਾ। ਕੋਈ ਗੱਲ ਨਹੀਂ ਮਾਂ, ਜਿਵੇਂ ਕਹੀ ਨਾ ਤੇ ਜਿਵੇਂ ਵਕੀਲ ਕਹੂਗਾ ਆਪਾਂ ਉਵੇਂ ਕਰਾਂਗੇ। ਚੱਲ ਚੱਲੀ ਆ ਜਾ। ਹਾਂ ਚੱਲ ਮਾਂ, ਮੋਟਰਸਾਈਕਲ ਬਾਹਰ 'ਚ ਖੜਾ। ਲੈ ਪੁੱਤ, ਕਾਗਜ਼ ਤਾਂ ਹੋ ਗਿਆ ਆਪਣੇ ਤਿਆਰ, ਹੁਣ ਵਕੀਲ ਨੂੰ ਆ ਜਾਣ ਦੇ, ਦੇਖਦੇ ਮੇਰਾ ਹੱਕ ਪੈਂਦੀ ਆ। ਡੈਡੀ, ਮੇਰਾ ਨਾ ਜੀ ਦਾ ਘਬਰਾਈ ਜਾਂਦਾ। ਘਬਰਾਉਣ ਵਾਲੀ ਕਿਹੜੀ ਗੱਲ ਹੈ ਕਿ ਹੈ, ਨਾਲੇ ਆਪਣੇ ਨਾਲ ਕਿਹੜਾ ਇਕੱਲੇ ਨਾਲ ਹੋਈ ਹੈ, ਲੱਖਾਂ ਕੁੜੀਆਂ ਨਾਲ ਇਹ ਕੰਮ ਆਉਂਦੇ ਨੇ। ਜੇ ਤੂੰ ਲੜੇਂਗੇ ਨਹੀਂ ਤਾਂ ਜਿੱਤੇਗੀ ਕਿਵੇਂ? ਪਰ ਡੈਡੀ, ਮੈਂ ਤਾਂ ਹੱਥ ਪੈਰ ਦੇ ਟੁੰਬੀ ਜਾਂਦੇ ਨੇ, ਮੈਨੂੰ ਤਾਂ ਡਰ ਲੱਗ ਜਾਂਦਾ। ਜਿੱਥੇ ਉਹਨਾਂ ਨੇ ਮੈਨੂੰ ਕੁਛ ਪੁੱਛਿਆ, ਪਤਾ ਨਹੀਂ ਮੈਂ ਤਾਂ ਬੋਲਿਆ ਜਾਣਾ, ਪਤਾ ਨਹੀਂ ਨਹੀਂ। ਉਹ ਵਕੀਲ ਆਪੇ ਸਾਹਮਣੇ ਪੁੱਤ, ਸਾਰੀ ਤਾਂ ਗੱਲ ਕਰੀ ਵੀ ਇਹਦੇ ਨਾਲ ਹੈ, ਤੈਨੂੰ ਪਤਾ ਹੀ ਹੈ ਨਾ ਕਾਨੂੰਨ ਦੇ ਵਿੱਚ ਜ਼ਿਆਦਾ ਕੁੜੀਆਂ ਦੀ ਸੁਣੀ ਜਾਂਦੀ ਹੈ। ਤੂੰ ਫਿਕਰ ਨਾ ਕਰ, ਨਾਲੇ ਆਪਣੀ ਕਿਹੜਾ ਕੋਈ ਗਲਤੀ ਹੈ, ਚ ਗਲਤੀ ਅਗਲੇ ਦੀ ਹੈ, ਡਰਨਾ ਤਾਂ ਉਹਨੂੰ ਚਾਹੀਦਾ, ਤੂੰ ਨਾ ਡਰ ਮੇਰਾ ਸ਼ੇਰ। ਚੱਲ ਆ ਜਾ, ਆ ਜਾ। ਮਾਂ, ਮਨ ਨਾ ਟੈਨਸ਼ਨ ਜੀ ਹੋਈ ਪਈ ਆ, ਪਤਾ ਨਹੀਂ ਕੀ ਬਣੂਗਾ। ਉਹ ਪੁੱਤ, ਟੈਨਸ਼ਨ ਕਾਹਦੀ, ਤੇਰੀ ਮਾਂ ਹੈਗੀ ਆ ਨਾ ਤੇਰੇ ਕੋਲ, ਐਵੇਂ ਕਾਹਨੂੰ ਡਰੀ ਜਾਂਦਾ। ਨਾਲੇ ਹੁਣ ਵਕੀਲ ਨਾਲ ਪੁੱਤ ਗੱਲ ਤਾਂ ਹੋ ਗਈ ਆ, ਵਕੀਲ ਕਹਿੰਦਾ ਇਦਾਂ ਦੇ ਕੰਮਾਂ 'ਚ ਮਾੜੀ ਮੋਟੀ ਝੂਠ ਤਾਂ ਬੋਲਣੀ ਪੈਂਦੀ ਹੁੰਦੀ ਹੈ। ਪੁੱਤ, ਜਿਵੇਂ ਵਕੀਲ ਨੇ ਕਿਹਾ ਨਾ, ਆਪਾਂ ਉਈ ਕਹਿਣਾ। ਇਹ ਨਾ ਹੋਵੇ ਤੂੰ ਉਹਨੂੰ ਦੇਖ ਕੇ ਪਾਸਾ ਪਲਟ ਜਿਵੇਂ, ਠੀਕ ਹੈ ਨਾ? ਉਹ ਠੀਕ ਆ ਮਾਂ, ਪਰ ਗੱਲ ਪਤਾ ਕੀ ਆ, ਆ ਕਦੇ ਨੀ ਠਾਣੇ ਕਚਹਿਰੀਆਂ ਦੇਖੀ ਸੀਗੀ, ਆ ਜਿਨ੍ਹਾਂ 'ਚ ਹੁਣ ਧੱਕੇ ਖਾਣੇ ਪੈ ਰਹੇ ਨੇ। ਨਾ, ਤੇਰੀ ਮਾਂ ਕੀ ਰੋਜ਼ ਠਾਣੇ ਕਚਹਿਰੀਆਂ 'ਚ ਰਹਿੰਦੀ ਹੈ, ਹੁਣ ਜਦ ਪੰਗਾ ਲਿਆ ਹੈ ਤਾਂ ਕੋਈ ਗੱਲ ਨੀ, ਭੱਜਦਿਆਂ ਨੂੰ ਬਾਹਣ ਇੱਕੋ ਜਿਹੇ ਹੁੰਦੇ ਆ, ਲੱਗੀ ਸਮਝ? ਨਾਲੇ ਤੂੰ ਨਾ ਘਬਰਾ ਪੁੱਤ, ਇੱਦਾਂ ਦੀ ਗੇਮ ਪਾਵਾਂਗੇ ਜਿਹੜੇ ਨਾ ਪਿਓ ਧੀ ਦੇਖੀ ਮੂਹਰੇ ਮੂਹਰੇ ਭੱਜਦੇ ਫਿਰਨਗੇ। ਤੂੰ ਬਿਲਕੁਲ ਵੀ ਪਰਵਾਹ ਨਹੀਂ ਕਰਨੀ ਜਿੰਨਾ ਟਾਈਮ ਤੇਰੀ ਮਾਂ ਤੇਰੇ ਕੋਲ ਹੈ। ਨਾਲੇ ਹੋ ਦੇਖ, ਦੇਖ ਤਾਂ ਸਹੀ ਪਿਓ ਧੀ ਕਿਵੇਂ ਪਹਿਲਾਂ ਪਾਉਂਦੇ ਫਿਰਦੇ ਨੇ। ਮੈਨੂੰ ਲੱਗਦਾ ਇਹ ਵੀ ਆਪਣੇ ਵਕੀਲ ਨੂੰ ਮਿਲ ਕੇ ਆਏ ਆ, ਤੇ ਇਹ ਉਹਨਾਂ ਨਾ ਕੋਰਟ ਦੇ ਮੂਹਰੇ ਜਾ ਕੇ ਬੈਠਣਗੇ ਜਿੱਥੇ ਕੇਸ ਚੱਲਦਾ। ਫਿਰ ਮਾਂ, ਆਪਾਂ ਨੂੰ ਵੀ ਉੱਥੇ ਜਾਣਾ ਚਾਹੀਦਾ, ਉੱਥੇ ਹੱਕ ਪਊ ਆਪਾਂ ਨੂੰ ਵੀ। ਹਾਂ ਪੁੱਤ, ਇਹ ਤਾਂ ਹੈ, ਬਸ ਤੂੰ ਉਹਨਾਂ ਨੂੰ ਬੁਲਾਉਣਾ ਨਹੀਂ, ਦੇਖੀ ਜਾਓ ਕੀ ਹੁੰਦਾ ਕੀ ਨਹੀਂ, ਠੀਕ ਹੈ? ਠੀਕ ਆ ਮਾਂ। ਚੱਲ ਆਪਾਂ ਵੀ ਜਾ ਕੇ ਬਹਿੰਦੇ ਹਾਂ, ਦੇਖ ਲਓ। ਡੈਡੀ, ਉਹ ਵੀ ਆ ਗਏ ਨੇ। ਕੋਈ ਨਾ, ਆਣੇ ਕਿ ਉਹਨਾਂ ਨੇ ਜਾਂ ਬੁਲਾਇਆ ਗਿਆ, ਤੂੰ ਡਰਨਾ, ਬਸ ਹੱਕ ਪੈਣ ਵਾਲੀ ਆ, ਵਕੀਲ ਅੰਦਰ ਗਿਆ ਗਿਆ। ਠੀਕ ਹੈ ਡੈਡੀ, ਤਕੜਾ ਰਿਹਾ ਮੇਰੇ ਸ਼ੇਰ। ਬੈਠੇ ਨੇ, ਕੋਈ ਲੋੜ ਨਹੀਂ ਬੁਲਾਉਣ ਦੀ, ਆਪਣਾ ਵਕੀਲ ਆਉਣ ਦਾ ਹੀ ਆਪਣੇ ਮਗਰ, ਫਿਰ ਦੇਖਦੇ ਹਾਂ ਕੀ ਗੱਲਬਾਤ ਹੁੰਦੀ ਆ।
ਆਪਾਂ ਤਾਂ ਜ਼ੋਰ ਇਹੀ ਲਾਉਣਾ ਕਿ ਬਸ ਆਪਣਾ ਪਾਸਾ ਨੀਵਾਂ ਨਾ ਹੋਵੇ, ਤੇ ਜੇ ਜ਼ਿਆਦਾ ਗੱਲ ਹੋਈ ਮਿਹਨਤ ਤਾੜਲਾ ਕਰਕੇ ਘਰ ਨੂੰ ਲੈ ਜਾਵਾਂਗੇ। ਉਹੀ ਗੱਲ ਦਾ ਡਰ ਆ, ਤਲਾਕ ਨੂੰ ਨਾ ਹੀ ਕਹਿ ਦੇਣ, ਤਲਾਕ ਲੈਣੀ ਲੈਣਾ। ਤਲਾਕ ਕਰਕੇ ਤਾਂ ਉਹਨੇ ਕੇਸ ਲਾਇਆ ਪੁੱਤ, ਤੈਨੂੰ ਵੀ ਪਤਾ ਲੱਗਦਾ। ਚੱਲ ਕੋਈ ਨੀ, ਮੈਨੂੰ ਲੱਗਦਾ ਵਕੀਲ ਵੀ ਆ ਗਿਆ, ਜਦੋਂ ਹੱਕ ਪੈ ਗਈ ਦੋਨਾਂ ਨੇ ਅੰਦਰ ਜਾ ਵੱਜਣਾ। ਠੀਕ ਹੈ, ਸਭ ਤੋਂ ਵੱਧ ਇਸੇ ਗੱਲ ਤੇ ਜ਼ੋਰ ਲਾਉਣਾ ਵੀ ਆਪਾਂ ਉੱਚੀ ਨੀ ਬੋਲਣਾ, ਬਸ ਰੋਣਾ ਹੀ ਲੱਗ ਪੈਣਾ। ਡੈਡੀ ਦੇਖਿਓ ਕਿਵੇਂ ਦੋਵੇਂ ਬੈਠੇ ਘੁਸਰ ਮੁਸਰ ਜੇ ਕਰੀ ਜਾਂਦੇ ਨੇ, ਪੱਕਾ ਕੋਈ ਸਕੀਮ ਲਾਈ ਜਾਂਦੇ ਨੇ। ਬਾਪੂ ਜੀ ਮੈਨੂੰ ਐਂ ਲੱਗਦਾ ਜੇ ਉੱਥੇ ਜਾ ਕੇ ਇਹਨਾਂ ਨੇ ਕੁਛ ਗਲਤ ਬੋਲਤਾ ਫਿਰ ਮੈਂ ਕੀ ਕਰੂੰਗੀ। ਉਹ ਤਾਂ ਕੁਛ ਨਹੀਂ ਹੁੰਦਾ, ਤੈਨੂੰ ਸਮਝਾਇਆ ਨਾ ਮੈਂ, ਡਰ ਦੀ ਕੋਈ ਲੋੜ ਨਹੀਂ। ਇਹ ਕੀ ਕਰ ਲਾਂਗੇ, ਹੁਣ ਤਾਂ ਹੋਈ ਨਾ ਜੇ ਕਾਨੂੰਨ 'ਚ ਲਿਖਿਆ ਹੋਇਆ, ਤੈਨੂੰ ਪਤਾ ਨਾ ਦਾਜ ਲੈਣਾ ਕਾਨੂੰਨੀ ਜੁਰਮ ਆ, ਕੋਈ ਬਾਜੀ ਨਹੀਂ ਪਲਟ ਸਕਦਾ। ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। ਠੀਕ ਹੈ ਬਾਪੂ ਜੀ। ਮਾਂ ਇਹ ਪਿਓ ਤੋਂ ਹੀ ਕੀ ਸਕੀਮਾਂ ਜਿਹੀਆਂ ਬਣਾਈ ਜਾਂਦੇ ਨੇ, ਮੈਨੂੰ ਤਾਂ ਐਂ ਲੱਗਦਾ ਕਿਤੇ ਦਾਜੇ ਦਾ ਪਰਚਾ ਪਵਾ ਕੇ ਆਪਾਂ ਪਹਿਲੀ ਪੇਸ਼ੀ ਨਾ ਹਾਰ ਜਾਈਏ, ਇਹਨਾਂ ਕੋਲ ਹੀ ਫੈਸਲਾ ਹੋ ਜੇ। ਬਾਬੇ ਤੂੰ ਆਪਣੀ ਮਾਂ ਨੂੰ ਹਜੇ ਤੱਕ ਨਹੀਂ ਸਮਝ ਸਕਿਆ, ਤੇਰੀ ਮਾਂ ਨਾਲੋਂ ਵੱਧ ਸਕੀਮਾਂ ਕੌਣ ਹੈ ਬਣਾਈ ਜਾਣ ਦੇ ਸਕੀਮਾਂ। ਐ ਨੀ ਮੈਂ ਹਾਰਨ ਦਿੰਦੀ ਆਪਣੇ ਆਪ ਨੂੰ, ਵਕੀਲ ਵੀ ਆਪਾਂ ਛੋਟਾ ਮੋਟਾ ਨੀ ਕੀਤਾ, ਲੱਗੀ ਸਮਝ। ਬਸ ਤੂੰ ਇਹੀ ਗੌਰ ਕਰਨੀ ਆ ਵੀ ਜਿਵੇਂ ਵਕੀਲ ਕਹਿੰਦਾ ਨਾ ਉਵੇਂ ਕਰਨੀ ਆਪਾਂ, ਬਾਕੀ ਇਹਨਾਂ ਨਾਲ ਤਾਂ ਮੈਂ ਆਪੇ ਨਜਿੱਠ ਲਊ। ਬਸ ਜਿਹੜਾ ਅੰਦਰ 5-4 ਮਿੰਟ ਵਕੀਲ ਨੇ ਖੜੇ ਕਰਨਾ ਨਾ ਆਪਾਂ ਨੇ, ਉਹ ਕਿਹੜਾ ਟਾਈਮ ਨਿਕਲ ਜਾਵੇ, ਬਾਕੀ ਤਾਂ ਕੋਈ ਗੱਲ ਨੀ। ਦੇਖਤਾ ਸਹੀ ਇਹਦੀ ਘਰ ਤਾਂ ਜਵਾਨ ਨਹੀਂ ਸੀ ਨਿਕਲਦੀ, ਹੁਣ ਕਿਵੇਂ ਲੱਗੀ ਹੋਈ ਆ ਗੱਲਾਂ ਕਰਨ। ਕਿਰਨਦੀਪ ਤੁਹਾਡਾ ਨਾਮ ਹੈ? ਹਾਂਜੀ। ਤੇ ਅਮਰੀਕ ਬਾਬਾ? ਮੈਂ ਆ ਜੀ। ਆ ਜੋ, ਅੰਦਰ ਸਾਹਿਬ ਨੇ ਬੁਲਾਇਆ। ਬਾਬੀ। ਹਾਂ ਮਾਂ, ਕੀ ਹੋਇਆ? ਪੁੱਤ ਜੋ ਤੈਨੂੰ ਕਿਹਾ ਸੀ ਯਾਦ ਹੈ ਨਾ, ਬਸ ਜੋ ਵਕੀਲ ਨੇ ਕਿਹਾ ਝੂਠ ਬੋਲੀ, ਸੱਚ ਆਪਾਂ ਬਿਲਕੁਲ ਨਹੀਂ ਬੋਲਣਾ, ਜੇ ਸੱਚ ਬੋਲਤਾ ਨਾ ਪੁੱਤ ਆਪਾਂ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਨੇ। ਠੀਕ ਹੈ, ਆਪਾਂ ਫੁੱਟੀ ਕੌਡੀ ਨਹੀਂ ਇਹਨੂੰ ਦੇਣੀ। ਠੀਕ ਹੈ ਨਾ, ਬਸ ਜੇ ਜ਼ਿਆਦਾ ਹਾਲਾਤ ਖਰਾਬ ਹੋਏ ਤਾਂ ਮਿਹਨਤ ਤੜਲਾ ਕਰ ਲਵਾਂਗੇ। ਠੀਕ ਆ ਮਾਂ, ਤੂੰ ਜਿਵੇਂ ਕਹੀ ਆ ਮੈਂ ਉਵੇਂ ਕਰ ਲੂੰਗਾ। ਚੱਲ ਆ ਜਾ। ਬਾਪੂ ਜੀ। ਹਾਂ ਬਾਪੂ ਜੀ। ਕੀ ਹੋਇਆ ਪੁੱਤ? ਬਾਪੂ ਜੀ ਕੀ? ਕਿਰਨ, ਕਿਰਨ ਕੀ ਹੋਇਆ ਪੁੱਤ? ਕਿਰਨ ਪੁੱਤ ਕੀ ਹੋਇਆ ਤੈਨੂੰ? ਕਿਰਨ ਤੈਨੂੰ ਕੌਣ ਕਹਿੰਦਾ ਜਾਣ ਨੂੰ ਉਹਦੇ ਕੋਲ? ਹੈ ਮਾਂ, ਕਰਨਾ ਨੂੰ ਮੇਰੀ ਲੋੜ ਆ, ਮੈਨੂੰ ਜਾਣਾ ਚਾਹੀਦਾ। ਦੇਖਿਆ ਲੱਗ ਗਿਆ ਤੀਵੀਂ ਮਗਰ, ਡਰਾਮੇ ਕਰਦੀ ਆ, ਇਹਨੂੰ ਕੁਛ ਨਹੀਂ ਹੋਇਆ। ਨਹੀਂ ਮਾਂ, ਮੈਨੂੰ ਜਾਣਾ ਚਾਹੀਦਾ। ਬਾਵੇ ਇਹ ਕੀ ਹੋ ਗਿਆ? ਮੈਨੂੰ ਲੱਗਦਾ ਕੋ ਕਰਨਾ ਨੇ ਡਰਾਮਾ ਖੇਡਿਆ।
ਇੰਨੀ ਛੇਤੀ ਇਹਨੂੰ ਡਿੱਗ ਕਿਵੇਂ ਪਈ? ਕੋਈ ਨੀ, ਤੇਰੇ ਤਾਂ ਨਾ ਚਰਿੱਤਰ ਜਿਹੜੇ ਉਹ ਮੈਂ ਕੱਢਦੀ ਹਾਂ। ਤੂੰ ਇੱਕ ਵਾਰੀ ਰੋਕ ਸਕਦੀ ਹਾਂ ਮੈਨੂੰ, ਹਰ ਵਾਰ ਨਹੀਂ। ਕਿਰਨਾ, ਇਹ ਕਿਰਨਾ! ਬਾਪੂ ਜੀ, ਕੀ ਹੋਇਆ ਕਿਰਨਾ ਨੂੰ? ਪਤਾ ਨੀ ਪੁੱਤ, ਚੱਕਰ ਜਾ ਕੇ ਗਿਰ ਗਈ। ਬਾਪੂ ਜੀ, ਐਂ ਕਰੋ, ਆਪਾਂ ਉਹਦੇ ਟਾਈਮ ਨਾ ਖਰਾਬ ਕਰੋ, ਆਪਾਂ ਕਿਰਨਾ ਨੂੰ ਨਾ ਹਸਪਤਾਲ 'ਚ ਲੈ ਕੇ ਚੱਲਦੇ ਹਾਂ। ਹਾਂ ਹਾਂ, ਚੱਕ ਮੇਰਾ ਪੁੱਤ। ਡਾਕਟਰ ਸਾਹਿਬ, ਕੀ ਹੋਇਆ ਮੇਰੀ ਬੇਟੀ ਨੂੰ, ਪਤਾ ਲੱਗਿਆ ਕੁਛ? ਕੋਈ ਗੱਲ ਨਹੀਂ ਜੀ, ਫਿਕਰ ਨਾ ਕਰੋ, ਸਭ ਕੁਛ ਠੀਕ ਹੈ। ਅਤੇ ਇਹਨਾਂ ਦੇ ਹਸਬੈਂਡ ਕਿੱਥੇ ਨੇ? ਹਸਬੈਂਡ ਤਾਂ ਮੈਂ ਹਾਂ ਜੀ, ਕੀ ਗੱਲ ਹੋ ਗਈ? ਗੱਲ ਤਾਂ ਕੁਛ ਨਹੀਂ ਜੀ, ਕੰਗ੍ਰੈਚੁਲੇਸ਼ਨ, ਤੁਸੀਂ ਬਾਪ ਬਣਨ ਵਾਲੇ ਹੋ, ਠੀਕ ਹੈ ਨਾ? ਚੱਕਰ ਤੁਹਾਨੂੰ ਵੀਕਨੈਸ ਥੋੜ੍ਹੀ ਜ਼ਿਆਦਾ ਤਾਂ ਆ ਗਏ, ਥੋੜ੍ਹਾ ਉਹਨਾਂ ਦਾ ਧਿਆਨ ਰੱਖੋ, ਖਾਣ ਪੀਣ ਦਾ, ਬਾਕੀ ਚੈੱਕਅਪ ਵਗੈਰਾ ਕਰਵਾਉਂਦੇ ਰਹੋ। ਮੈਂ ਟੈਸਟ ਲਿਖ ਦਿੰਦਾ ਅਤੇ ਉਹ ਕਰਵਾ ਕੇ ਤੁਸੀਂ ਮੇਰੇ ਕੋਲ ਆ ਜਿਓ, ਠੀਕ ਹੈ? ਹਾਂਜੀ ਹਾਂਜੀ ਡਾਕਟਰ ਸਾਹਿਬ, ਤੁਸੀਂ ਟੈਸਟ ਲਿਖ ਦਿਓ ਜੀ, ਮੈਂ ਕਰਵਾ ਲੈਣਾ। ਆਪਾਂ ਅੱਜ ਤੋਂ ਦਵਾਈ ਸਟਾਰਟ ਕਰ ਦਿੰਦੇ ਹਾਂ। ਹਾਂ ਚਲੋ, ਇੱਦਾਂ ਕਰੋ, ਇਹਨੇ ਮੈਂ ਟੈਸਟ ਲਿਖਦਾ, ਤੁਸੀਂ ਇਹਨੇ ਮਰੀਜ਼ ਨੂੰ ਮਿਲੋ ਤੁਸੀਂ। ਦੇਖ ਲੈ, ਹਜੇ ਤੱਕ ਨਹੀਂ ਆਇਆ ਰਨ ਦਾ ਚਮਚਾ। ਕਹਿੰਦੀ ਮੈਂ ਕੁਛ ਹੋਰ ਸੀ, ਕਰ ਗਿਆ ਕੁਛ ਹੋਰ ਨਾ। ਵਕੀਲ ਗੋਡੇ ਗੋਡੇ ਮੈਨੂੰ ਬੋਲਿਆ, ਨਾਲੇ ਫੀਸ ਜਿਹੜੀ ਦਿੱਤੀ 5000 ਉਹ ਵੀ ਗਈ। ਇਹ ਤਾਂ ਕਰਦੀ ਪਖੰਡ, ਤੇ ਮੁੰਡੇ ਦੇ ਖਾਨੇ 'ਚ ਪਤਾ ਨਹੀਂ ਕਿਉਂ ਨਹੀਂ ਪੈਂਦੀ। ਘਰੋਂ ਸਮਝਾ ਕੇ ਤੁਰੀ, ਕਚਹਿਰੀਆਂ 'ਚ ਤਾਂ ਸਮਝਾਈ ਗਈ, ਪਤਾ ਹੀ ਨਹੀਂ ਕਿੱਥੇ ਆ। ਲੈ ਮਾੜਾ ਜਿਹਾ ਮੋਟਾ ਦਿਮਾਗ ਇਹਦਾ, ਇੰਨਾ ਮਾੜਾ ਜਿਹਾ ਉਹ ਡਿੱਗੀ, ਉਹਦੀ ਉਹ ਗਿਆ। ਇਹ ਵੀ ਨਹੀਂ ਸੋਚਿਆ ਵੀ ਮੇਰੀ ਮਾਂ ਕਿੱਥੇ ਆ। ਮੈਂ ਹਿਬੜ ਹਿਬੜ ਕਰਦੀ ਹੁਣ ਘਰ ਪਹੁੰਚੀ ਹਾਂ। ਦੇਖ ਤਾਂ ਸਹੀ, ਮੈਨੂੰ ਨਹੀਂ ਲੱਗਦਾ ਵੀ ਇਹ ਮੇਰਾ ਸਾਥ ਦੇਊਗਾ, ਨਾ ਮੈਨੂੰ ਇਹਦੇ ਲੱਛਣ ਲੱਗਦੇ ਆ। ਨਾ ਭਾਈ, ਮੈਨੂੰ ਤਾਂ ਇਕੱਲੀ ਨੂੰ ਸਭ ਕੁਛ ਕਰਨਾ ਪੈਣਾ। ਕੀ ਗੱਲ, ਆ ਗਿਆ? ਬੜੀ ਛੇਤੀ ਮੋਟਰ ਦੇ ਵਿਚਕਾਰ ਬਿਠਾ ਕੇ ਲੈ ਗਿਆ ਉਹਨੂੰ। ਨਾ ਇਹਨੇ ਸੋਚਿਆ ਵੀ ਮੇਰੀ ਮਾਂ ਨੂੰ ਕੌਣ ਲੈ ਕੇ ਜਾਊਗਾ। ਮੋਟਰ ਸਟਾਰਟ ਕੀਤੀ, ਉਹਦੀ ਉਹ ਗਿਆ। ਨਾ ਕੀ ਗੱਲ, ਹੁਣ ਬੂਥੇ 'ਚ ਜਵਾਨ ਹੈ ਨੀ ਤੇਰੇ? ਮਾਂ ਦਿਸੀ ਨੀ ਉੱਥੇ ਧੁੱਪ 'ਚ ਖੜੀ ਤੈਨੂੰ? ਮਾਂ, ਮੈਂ ਕਚਹਿਰੀ 'ਚ ਆਇਆ, ਮੈਂ ਤੈਨੂੰ ਦੇਖ ਕੇ ਆਇਆ ਉੱਥੇ, ਤੂੰ ਹੈ ਨਹੀਂ ਸੀਗੀ ਤਾਂ ਕਰਕੇ ਸਿੱਧਾ ਫਿਰ। ਹਾਂ, ਮੈਂ ਗਰਮੀ 'ਚ ਉੱਥੇ ਬੈਠੀ ਰਹਿੰਦੀ, ਤੈਨੂੰ ਪਤਾ ਵਕੀਲ ਕਿੰਨਾ ਮੈਨੂੰ ਬੋਲਿਆ। ਆ ਕਹਿੰਦਾ ਤੇਰੇ ਮੁੰਡੇ 'ਤੇ ਮੈਂ ਘੰਟਾ ਲਾਇਆ, ਇੰਨਾ ਮੋਟਾ ਦਿਮਾਗ ਤੇਰੇ ਮੁੰਡੇ ਦਾ, ਜਿਹੜਾ ਇੱਕ ਚੱਕਰ ਖਾ ਕੇ ਡਿੱਗੀ ਤਾਂ ਉਹਦੇ ਉੱਤੇ ਲੱਟ ਗਿਆ ਜਾ ਕੇ। ਕਿਰਨਾ, ਕੀ ਹੋਇਆ? ਕਿਰਨਾ, ਕੀ ਹੋਇਆ? ਨਾ ਕੀ ਹੋਇਆ ਸੀ, ਮਰ ਤਾਂ ਨਹੀਂ ਸੀ ਚੱਲੀ? ਉਹਦਾ ਪਿਓ ਦੇ ਨਾਲੇ ਹੀ ਸੀ। ਹੁਣ ਜਵਾਨ ਨਹੀਂ ਖੋਲਦਾ, ਬੋਲੀ ਮਾਂ ਬਸ। ਆਹੋ ਬੋਲ ਲਈ, ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਮੈਂ ਉਹਨੂੰ ਇੱਥੇ ਨਹੀਂ ਵੜਨ ਦੇਣਾ ਘਰ, ਬਸ। ਮੇਰੀ ਗੱਲ ਸੁਣ ਲਵਾਂ, ਜਿਹਨੂੰ ਉੱਥੇ ਚੱਕਰ ਆ ਕੇ ਡਿੱਗੀ ਸੀ ਨਾ, ਤਾਂ ਮੇਰਾ ਹੱਕ ਬਣਦਾ ਸੀ ਉਹਨੂੰ ਚੱਕਣ ਦਾ, ਉਹ ਮੇਰੀ ਘਰ ਵਾਲੀ ਆ, ਹਜੇ ਤਲਾਕ ਹੋਇਆ ਨਹੀਂ ਨਾ ਸੀਗਾ, ਹਜੇ ਤਾਂ ਕਚਹਿਰੀਆਂ ਠਾਣੀ ਗਏ ਆ ਕਿ 10 ਤਲਾਕ ਹੋ ਗਿਆ, ਵੀ ਹਾਂ ਸਾਡਾ ਰਿਸ਼ਤਾ ਖਤਮ ਹੋ ਗਿਆ। ਕੀ ਕਹਿੰਦਾ ਸੀ ਉੱਥੇ ਤੂੰ ਵੀ ਮੈਂ ਠਾਣੇ ਕਚਹਿਰੀਆਂ 'ਚ ਪਹਿਲੀ ਵਾਰ ਆਇਆ ਮਾਂ, ਮੈਨੂੰ ਡਰ ਲੱਗਦਾ। ਉਹਨੇ ਤੈਨੂੰ ਠਾਣੇ ਕਚਹਿਰੀਆਂ ਦਿਖਾ ਤੇ, ਤੇ ਤੂੰ ਉਹਨੂੰ ਚੱਕ ਕੇ ਹਸਪਤਾਲਾਂ 'ਚ ਫਿਰਦਾ। ਸ਼ਾਬਾਸ਼ੇ ਤੇਰੇ, ਸ਼ਾਬਾਸ਼ੇ, ਡੁੱਬ ਕੇ ਮਰ ਜਾ। ਕੋਈ ਨਾ ਮਾਂ, ਮਰ ਜੂੰਗਾ ਡੁੱਬ ਕੇ। ਤੂੰ ਇੱਕ ਗੱਲ ਦੇਖ ਮੈਨੂੰ, ਜੇ ਉੱਥੇ ਉਹਨੂੰ ਕੁਛ ਹੋ ਜਾਂਦਾ
ਆਪਣੀ ਤਾਂ ਜਾ ਜਾਂਦੀ ਹੋ ਜਾਂਦੀ ਨਾ, ਉਹ ਇਕੱਲਾ ਬਾਪ ਸੀ ਉਹਦਾ ਯਾਰ, ਉਹਨੂੰ ਕਿੱਥੇ ਕਿੱਥੇ ਲੈ ਕੇ ਜਾਂਦਾ। ਜੇ ਮੈਂ ਨਾਲ ਉੱਥੇ ਵੱਗ ਗਿਆ ਤੁਹਾਨੂੰ ਹਸਪਤਾਲ ਲੈ ਕੇ ਛੱਡਿਆ ਏ, ਉੱਥੇ ਪਤਾ ਨਹੀਂ ਕੀ ਹੋ ਜਾਂਦਾ ਨਾ ਹੋਣੀ, ਜੇ ਨਾਲ ਜਾਂਦਾ ਮੈਂ ਨਾਲ ਚੱਕ ਕੇ ਉਹਨੂੰ। ਹਾਂ ਨਾਲੇ ਗੱਲ ਸੁਣਦਾ ਮਾਂ, ਮੈਂ ਕਿਰਨਾਂ ਨੂੰ ਹੁਣ ਘਰ ਲੈ ਕੇ ਆਉਣਾ, ਠੀਕ ਹੈ ਨਾ? ਨਾ ਜੋ ਹੁੰਦਾ ਹੋ ਜਾਂਦਾ, ਤੂੰ ਠੇਕਾ ਲਿਆ ਹੋਇਆ ਸੀ ਉਹਦਾ, ਜਿਹਨੇ ਸਾਨੂੰ ਠਾਣੇ ਕਚਹਿਰੀਆਂ ਦਿਖਾ ਤੇ। ਡਰਦਾ ਕਿ ਜਾ ਜਾਂਦੀ ਲੱਗਦੀ ਤਾਂ ਕੀ ਹੁੰਦਾ, ਵਧੀਆ ਸਗੋਂ ਸਾਡਾ ਖੇੜਾ ਛੁੱਟ ਜਾਂਦਾ। ਆ ਠਾਣਿਆਂ ਦੁਆਰਿਆਂ ਦੇ ਚੱਕਰਾਂ ਤੋਂ ਤਾਂ ਬਚਦੇ। ਤੈਨੂੰ ਮੈਂ ਇੱਕ ਵਾਰੀ ਕਹਿ ਦਿੱਤਾ ਨਾ ਵੀ ਮੈਂ ਇੱਥੇ ਕਰਨਾ ਨੂੰ ਵੜਨ ਨਹੀਂ ਦੇਣਾ, ਮੇਰੇ ਵੱਲੋਂ ਮਰੇ ਮੇਰੇ ਵੱਲੋਂ ਜੀਵੇ। ਨਾ ਇਹ ਕਿਵੇਂ ਨਹੀਂ ਵੜਨ ਦੇਣਾ ਮਾਂ ਤੇ? ਲੈ ਹੋਰ ਨਹੀਂ ਵੜਨ ਦੇਣਾ, ਆਪ ਤਾਂ ਤੂੰ ਰੰਨ ਨੂੰ ਲੈ ਕੇ ਚਲੇ ਗਿਆ। ਤੈਨੂੰ ਪਤਾ ਵਕੀਲ ਮੈਨੂੰ ਉੱਥੇ ਕਿੰਨਾ ਬੋਲਿਆ, ਜੱਜ ਕਿੰਨਾ ਬੋਲਿਆ। ਆਹੀ ਤਾਂ ਆਪਾਂ ਨੂੰ ਵਧੀਆ ਮੌਕਾ ਸੀ ਉਹਦੀ ਹੇਠੀ ਕਰਨ ਦਾ, ਵੀ ਵਧੀਆ ਜਾਣ ਕੇ ਪਖੰਡ ਕਰਦੀ ਹੈ, ਆਈ ਨਹੀਂ ਉਹਨਾਂ ਦੀ ਲੱਗਦੀ ਗੈਰ ਹਾਜ਼ਰੀ। ਪਹਿਲੀ ਤਰੀਕ 'ਤੇ ਹੀ ਠੱਪਾ ਐਂ ਲੱਗ ਜਾਂਦਾ ਵੀ ਉਹ ਹੈਗੇ ਝੂਠੇ ਬੰਦੇ, ਤਾਂ ਹੀ ਨਹੀਂ ਆਏ। ਅੰਦਰ ਕਿਹੜੇ ਨੇ ਦੱਸਣਾ ਸੀ ਵੀ ਜਾ ਕੇ ਚੱਕਰ ਆ ਗਿਆ ਉਹਨੂੰ, ਤੇਰੇ ਖਾਨੇ 'ਚ ਪਈ ਹੀ ਨਹੀਂ। ਵਕੀਲ ਕਹਿੰਦਾ ਤੇਰੇ ਮੁੰਡੇ ਦਾ ਇੰਨਾ ਮੋਟਾ ਦਿਮਾਗ ਵਾ, ਤਿੰਨ ਵਾਰ ਇਹ ਗੱਲ ਕਹੀ ਮੈਨੂੰ ਵਕੀਲ ਨੇ। ਮੈਂ ਕਿਹਾ ਭਰਾਵਾ ਮੈਂ ਕੀ ਕਰਾਂ, ਬਸ ਮੈਂ ਤਾਂ ਇੱਦਾਂ ਟਾਈਮ ਪਾਸ ਕਰੀ ਜਾਂਦੀ ਹਾਂ। ਬਸ ਮਾਂ ਮੈਨੂੰ ਨਹੀਂ ਪਤਾ ਸੀਗਾ ਤੂੰ ਆਹ ਚੀਜ਼ ਬੱਚਣਾ ਇੰਨਾ ਗਿਰ ਜਾਏਗੀ, ਹੋਰ ਹੀ ਗੱਲਾਂ ਲੈ ਕੇ ਬਹਿ ਗਈ ਤੂੰ ਤਾਂ। ਮੈਂ ਨਹੀਂ ਵੜਨ ਦੇਣਾ ਤਾਂ ਨਹੀਂ ਵੜਨ ਦੇਣਾ ਉਹਨੂੰ। ਮੈਂ ਲੈ ਕੇ ਆਉਂਗਾ ਮਾਂ ਕਿਰਨਾਂ ਨੂੰ, ਤੇ ਨਾਲੇ ਉਹਦੇ ਜਿਹੜਾ ਪੇਟ 'ਚ ਬੱਚਾ ਉਹਨੂੰ। ਕੀ ਕਿਹਾ? ਹਾਂ ਪੇਟ 'ਚ ਬੱਚਾ, ਕਿਰਨਾਂ ਕਿਰਨਾਂ ਮਾਂ ਬਣਨ ਵਾਲੀ ਆ? ਹਾਂ ਮਾਂ ਕਿਰਨਾਂ ਮਾਂ ਬਣਨ ਵਾਲੀ ਆ। ਹੁਣ ਤਾਂ ਚੰਗਾ ਹੋਇਆ ਟਾਈਮ 'ਤੇ ਇਹਨੂੰ ਹੋਸਪਿਟਲ ਲੈ ਕੇ ਚੱਕ ਕੇ, ਅਤੇ ਡਾਕਟਰ ਕਹਿੰਦਾ ਇਹ ਪ੍ਰੈਗਨੈਂਟ ਆ, ਇਹਦੇ ਪੇਟ 'ਚ ਬੱਚਾ ਪੜ ਰਿਹਾ ਮੇਰਾ। ਤੂੰ ਆਪ ਦੱਸ ਮਾਂ, ਜੇ ਉਹਨੂੰ ਮੈਂ ਨਾਲ ਜਾਂਦਾ ਤਾਂ ਇੱਕ ਨਹੀਂ ਦੋ ਜਾਨਾਂ ਜਾਣੀਆਂ ਸੀਗੀਆਂ, ਅਤੇ ਮੈਂ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਮਾਫ਼ ਨਹੀਂ ਕਰ ਸਕਣਾ ਸੀ ਮਾਂ, ਮਾਫ਼ ਨਹੀਂ ਕਰ ਸਕਣਾ ਸੀ। ਸੱਚੀ ਪੁੱਤ ਮੈਂ ਦਾਦੀ ਬਣਨ ਵਾਲੀ ਹਾਂ। ਹਾਂ ਮਾਂ ਤੂੰ ਦਾਦੀ ਬਣਨ ਵਾਲੀ ਹਾਂ। ਦੇਖ ਤਾਂ ਸਹੀ ਆਪਾਂ ਕਿੱਡਾ ਵੱਡਾ ਪਾਪ ਕਰਨ ਚੱਲੇ ਸੀ, ਆਖਿਰ ਕਰਨਾ ਹੈ ਤਾਂ ਮੇਰੀ ਵਾਈਫ ਨਾ, ਅਤੇ ਮੈਂ ਅਤੇ ਤੂੰ ਹੋਏ, ਆਪਾਂ ਉਹਦੇ ਨਾਲ ਵਧੀਕੀਆਂ ਕਰਨ ਲੱਗੇ ਪਏ ਹਾਂ। ਉਹਦੇ ਪੇਟ 'ਚ ਪੜ ਰਹੇ ਬੱਚੇ ਬਾਰੇ ਤਾਂ ਆਪਾਂ ਨੂੰ ਖਬਰ ਤੱਕ ਨਹੀਂ ਸੀ ਮਾਂ। ਸਹੀ ਗੱਲ ਹੈ ਪੁੱਤ, ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਜਾਂਦਾ, ਉਹਦੇ ਪੇਟ 'ਚ ਮੇਰੇ ਘਰ ਦਾ ਵਾਰਿਸ ਆ, ਇਸ ਘਰ ਦਾ ਵੰਸ਼ ਹੈ, ਅਤੇ ਮੈਂ ਆਪਣੀ ਨੂੰਹ ਨੂੰ ਇਹਨਾਂ ਹੱਥਾਂ ਨਾਲ ਰੋਲਣ 'ਤੇ ਲੱਗੀ ਹੋਈ ਹਾਂ। ਬਾਵੇ ਮੇਰਾ ਦਿਲ ਕਰਦਾ ਵੀ ਮੈਂ ਕਿਰਨਾਂ ਨੂੰ ਜਾ ਕੇ ਮਿਲਾਂ, ਪਰ ਮੈਨੂੰ ਕਚਹਿਰੀਆਂ 'ਚ ਬੁਲਾਇਆ ਨਹੀਂ, ਕੀ ਮੂੰਹ ਦਿਖਾਉਂਗੀ ਉਹਨੂੰ ਅਤੇ ਉਹਦੇ ਪਿਓ ਨੂੰ। ਇੱਕ ਪਾਸੇ ਤਾਂ ਮੈਂ ਉਹਦੇ ਘਰ ਮਾਫ਼ੀਆਂ ਮੰਗਦੀ ਗਈ ਹਾਂ, ਦੂਜੇ ਪਾਸੇ ਮੈਂ ਉਹਨੂੰ ਕਚਹਿਰੀਆਂ 'ਚ ਚੰਗਾ ਮੰਦਾ ਬੋਲੀ ਹਾਂ, ਵਕੀਲ ਕੋਲ ਝੂਠ ਲਿਖਾਇਆ, ਅਤੇ ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਊਂਗੀ ਉਹਦੇ ਕੋਲ। ਕੋਈ ਨਾ ਮਾਂ ਆਪਾਂ ਜਾਵਾਂਗੇ, ਆਪਾਂ ਜਾਵਾਂਗੇ ਮਾਂ, ਅਤੇ ਕਿਰਨਾਂ ਨੂੰ ਵਾਪਸ ਆਪਾਂ ਘਰ ਹੀ ਲੈ ਕੇ ਆਵਾਂਗੇ। ਮੇਰਾ ਤਾਂ ਦਿਲ ਕਰਦਾ ਮੈਂ ਹੁਣੇ ਕਰਨਾ ਕੋ ਅੱਡ ਕੇ ਚਲੇ ਜਾਵਾਂ। ਆਪਾਂ ਹੁਣੇ ਵਕਤ ਚੱਲਦੇ ਹਾਂ ਮਾਂ, ਹੁਣੇ ਚੱਲਾਂਗੇ ਆਪਾਂ, ਦੇਖ ਲਾ ਆਪਾਂ ਤਾਂ ਪੈਸਿਆਂ ਦੇ ਮਗਰ ਲੱਗ ਕੇ, ਉਹਦੀ ਜ਼ਮੀਨ ਜਾਇਦਾਦ ਦੇ ਮਗਰ ਲੱਗ ਕੇ ਆਪਾਂ ਨੂੰ ਬਰਬਾਦ ਕਰਨ 'ਤੇ ਤੁਲੇ ਸੀ ਮਾਂ, ਸਿਰਫ ਆਪਾਂ ਨੂੰ ਪੈਸੇ ਦੀ ਭੁੱਖ ਸੀਗੀ। ਨਹੀਂ ਪੁੱਤ, ਜਿਹੜੀਆਂ ਪਿੱਛੇ ਗਲਤੀਆਂ ਹੋ ਗਈਆਂ ਨਾ ਉਹ ਹੁਣ ਨਹੀਂ ਦੁਹਰਾਉਣੀਆਂ, ਬਸ ਮੈਨੂੰ ਇੱਕ ਵਾਰੀ ਕਰਨਾ ਨਾ ਮਿਲਾ ਦੇ।
ਚੱਲਦੇ ਹਾਂ ਮਾਂ ਆਪਾਂ। ਕਿਰਨਾਂ ਨੂੰ ਸ਼ਾਇਦ ਸ਼ਾਮ ਤੱਕ ਛੁੱਟੀ ਦੇ ਦੇਣਗੇ ਉਹ, ਅਤੇ ਆਪਾਂ ਸ਼ਾਮ ਨੂੰ ਕਿਰਨਾਂ ਦੇ ਘਰ ਚੱਲਦੇ ਹਾਂ। ਠੀਕ ਹੈ ਪੁੱਤ। ਅਤੇ ਆਪਾਂ ਕਿਰਨਾਂ ਫਿਰ ਮਾਂ ਘਰੇ ਲਿਆਵਾਂਗੇ। ਵਾਹਿਗੁਰੂ ਕਿਰਨਾਂ ਨੂੰ ਛੇਤੀ ਛੇਤੀ ਠੀਕ ਕਰ ਦਿਓ। ਤਾਇਆ ਕਰੀਏ ਆ ਜਾ ਬਾਈ ਆ ਗਿਆ, ਕਮਾਲ ਕਰਦਾ ਤਾਇਆ। ਮੈਂ ਕਚਹਿਰੀਆਂ 'ਚ ਜਾ ਕੇ ਆਇਆ, ਫੋਨ ਲਾਉਣੇ ਨਾ ਤੁਸੀਂ ਫੋਨ ਚੱਕਦੇ ਹੋ, ਕਿੱਧਰ ਭੱਜ ਗਏ ਸਾਰੇ? ਉਹ ਦੱਸਦਾ ਤੈਨੂੰ ਸਾਰੀ ਕਹਾਣੀ, ਫੋਨ ਤਾਂ ਬੰਦ ਹੋ ਗਿਆ। ਅੱਛਾ, ਫਿਰ ਇਹੀ ਗੱਲ ਕਚਹਿਰੀ ਦੇ ਨਾ ਮਿਲਣ ਦੀ। ਚੱਲ ਸਾਨੂੰ ਹੱਗ ਪਈ ਹੋਈ ਅਜੇ, ਕਿਰਨਾ ਬੇਹੋਸ਼ ਹੋ ਗਈ। ਕਿਰਨਾ ਬੇਹੋਸ਼ ਹੋ ਗਈ? ਹਾਂ। ਕਿਉਂ, ਕੀ ਹੋਇਆ? ਮੈਂ ਦੱਸਦਾ ਤੈਨੂੰ, ਚੱਲ ਮੈਂ ਯਾਰ ਪ੍ਰਾਹੁਣਾ ਨੂੰ ਲੈ ਕੇ ਹਸਪਤਾਲ ਵਾਸਤੇ। ਅੱਛਾ। ਡਾਕਟਰ ਕਹਿਣ ਲੱਗਿਆ ਵੀ ਕਿਰਨਾ ਮਾਂ ਬਣਨ ਵਾਲੀ ਹੈ। ਹੁਣ ਤੂੰ ਦੱਸ ਵੀ ਕਿਵੇਂ ਕਰੀਏ ਆਪਾਂ, ਮੈਨੂੰ ਕੋਈ ਸਮਝ ਨਹੀਂ ਆ ਰਹੀ ਗੱਲ। ਅੱਛਾ, ਤਾਂ ਗੱਲ ਹੈ, ਗੱਲ ਤਾਂ ਤਾਇਆ ਸੋਚਣ ਵਾਲੀ ਹੈ। ਮੁੰਡੇ ਵਾਲਿਆਂ ਦਾ ਆਇਆ ਕੋਈ ਫੋਨ, ਉਹ ਕੀ ਕਹਿੰਦੇ ਨੇ? ਮੁੰਡਾ ਤਾਂ ਮੇਰੇ ਨਾਲ ਹੈ ਜੀ। ਅੱਛਾ। ਬਾਬਾ ਤਾਂ ਮੇਰੇ ਨਾਲ ਹੈ। ਉਹਨਾਂ ਦੀ ਕੀ ਸਲਾਹ ਫਿਰ? ਬਾਬਾ ਦਾ ਹਸਪਤਾਲ 'ਚ ਵੀ ਕਹਿੰਦਾ ਸੀ ਮੈਨੂੰ ਵੀ ਕਿਰਨਾਂ ਨੂੰ ਮੈਂ ਘਰ ਲੈ ਜਾਣਾ। ਮੈਂ ਹੀ ਜਵਾਬ ਦਿੱਤਾ ਵੀ ਨਾ, ਵੀ ਪਹਿਲਾਂ ਮੈਂ ਕਿਰਨਾਂ ਨੂੰ ਘਰ ਲੈ ਕੇ ਜਾਊਂਗਾ, ਕੋਈ ਗੱਲਬਾਤ ਹੋਊਗੀ ਫਿਰ ਅੱਗੇ ਸੋਚਾਂਗੇ। ਹੁਣ ਤੂੰ ਦੱਸ ਵੀ ਕਿਵੇਂ ਕਰਨਾ? ਅੱਛਾ, ਤਾਂ ਤਾਇਆ ਆਹ ਗੱਲ ਆਇਆ। ਦੇਖ ਤਾਇਆ, ਮੈਂ ਤਾਂ ਬਾਈ ਜਿਹੜੀ ਤੈਨੂੰ ਰਾਏ ਦੂੰਗਾ ਸਹੀ ਦੂੰਗਾ। ਤਾਇਆ, ਜੇ ਤਾਂ ਬਾਈ ਕੁੜੀਆਂ ਬਸਣਾ ਉਸੇ ਘਰ 'ਚ ਤਾਂ ਜਵਾਕ ਨੂੰ ਰੱਖ ਲਓ, ਨਹੀਂ ਬਾਈ ਡਾਕਟਰ ਨਾਲ ਗੱਲ ਕਰਕੇ ਸਫਾਇਆ ਕਰਾ ਦੇ। ਸਹੀ ਕਹਿਣਾ ਤੈਨੂੰ। ਉਹ ਬਈ ਸਫਾਈ ਤਾਂ ਹੋ ਨਹੀਂ ਸਕਦੀ। ਕਿਉਂ ਤਾਇਆ? ਉਹ ਡਾਕਟਰ ਨੇ ਕਿਹਾ ਵੀ ਮਹੀਨੇ ਉੱਪਰ ਟੱਪ ਗਿਆ, ਬੱਚਾ ਬੜਾ ਹੋ ਗਿਆ। ਇਹ ਵੀ ਔਖਾ ਤਾਇਆ, ਪਰ ਤਾਂ ਤਾਇਆ ਬਈ ਇੱਕ ਗੱਲ ਹੈ, ਐਂ ਕਰਦੇ ਹਾਂ ਮੁੰਡੇ ਨਾਲ ਕਰ ਦਿੰਦੇ ਹਾਂ ਗੱਲ। ਹੋਰ ਕੀ ਹੈ ਬਈ, ਜੇ ਤਾਂ ਇਹ ਕਿਤੇ ਹੋਰ ਤੋਰਦੇ ਹਾਂ, ਤੈਨੂੰ ਵੀ ਪਤਾ ਅੱਜ ਕੱਲ੍ਹ ਬਗਾਨੇ ਜਵਾਕ ਨੂੰ ਕੌਣ ਔੜਦਾ ਹੈ? ਨਾ ਬਈ ਤੂੰ ਸਾਂਭ ਸਕਦਾ, ਜਵਾਕ ਦੀ ਤਾਂ ਜ਼ਿੰਦਗੀ ਰੁਲਦੀ ਨਿਕਲ ਜੂਗੀ। ਜਿੱਥੇ ਬਹੀ ਹੋਈ ਤੀ ਕਰਨਾ, ਮੈਂ ਚਾਚੀ ਨਾਲ ਗੱਲ ਕਰ ਲੈਂਦਾ ਜੇ ਕਹੇ, ਨਹੀਂ ਬਈ ਤੂੰ ਬਾਬੇ ਨਾਲ ਕਰ ਲਈ, ਆ ਜਾਣਗੇ ਕਰ ਲੈਂਦੇ ਬਈ ਸੁਲਾ ਸਫਾਈ। ਹੁਣ ਕੇਸ ਲੜਦੇ ਵੀ ਨਹੀਂ ਚੰਗੇ ਲੱਗਦੇ। ਮੈਂ ਤਾਂ ਹੀ ਤਾਂ ਬੁਲਾਇਆ ਤੈਨੂੰ ਵੀ ਤੇਰੀ ਇੱਕ ਵਾਰੀ ਸਲਾਹ ਲੈਣਾ। ਹੁਣ ਜੇ ਉਹ ਕੱਲ੍ਹ ਨੂੰ ਆਉਂਦੇ ਵੀ ਨੇ, ਤੂੰ ਦੱਸ ਵੀ ਮੈਂ ਕੁੜੀ ਤੋਰ ਦਾ ਉਹਨਾਂ ਨਾਲ। ਤਾਇਆ ਆਪਣੇ ਲਵੇ ਕੋਈ ਹੋਰ ਚਾਰਾ ਬਣੀ, ਜਿਹਦੇ ਹਿਸਾਬ ਨਾਲ ਤੈਨੇ ਕਿਹਾ ਜੇ ਮੰਨ ਲਾ ਆਪਾਂ ਜਵਾਕ ਦਾ ਸਫਾਈ ਕਰਾਉਣੇ ਵੀ ਆ, ਹੈ ਕੱਲ ਨੂੰ ਮਾਂ ਦੀ ਜਾਨ ਨੂੰ ਵੀ ਖਤਰਾ ਪਾ। ਉਹ ਤਾਂ ਮੈਂ ਤੇਰੀ ਗੱਲ ਮੁਕਾਤੀ ਨਾ, ਉਹਦਾ ਡਾਕਟਰ ਜਵਾਬ ਦੇਗਾ ਵੀ ਸਫਾਈ ਤਾਂ ਇੱਕ ਤੋਂ ਲਾ ਕੇ ਨਹੀਂ ਹੋ ਸਕਦੀ। ਹਾਂ ਕਰਦਾ ਤਾਇਆ, ਉਹਨਾਂ ਨਾਲ ਗੱਲ ਖੋਲ ਲੈਣੇ ਚੰਗੀ ਤਰ੍ਹਾਂ ਬਈ ਦੇਖ ਬਈ ਅੱਜ ਤਾਂ ਲੈਣ ਦੇਣ ਨੂੰ ਕੁਛ ਨਹੀਂ ਹੈਗਾ, ਠੀਕ ਹੈ ਵੀ ਕੁੜੀ ਵਸਾ ਲਓ ਬਈ ਜੇ ਵਸਾ ਸਕਦਾ। ਪਤਾ ਨਾ ਲੱਗ ਗਿਆ ਬਾਬਾ ਮੇਰੇ ਨਾਲ ਤੂੰ ਆਉਣਗੇ ਜ਼ਰੂਰ ਉਹ, ਅੱਜ ਜਦ ਵੀ ਆਏ ਨਾ ਮੈਂ ਤੈਨੂੰ ਫੋਨ ਕਰੂੰਗਾ, ਤੂੰ ਆ ਜਾਈ ਕੱਲ੍ਹ ਨੂੰ ਜਦ ਵੀ ਆਇਓ। ਕੱਲ੍ਹ ਨੂੰ ਤਾਇਆ, ਤਾਇਆ ਮੇਰੀ ਗੱਲ ਸੁਣ, ਬਸ ਤੂੰ ਆਪਦੀਆਂ ਗੱਲਾਂ ਖੋਲ ਕੇ ਬਈ ਤੋਰ ਦੇ, ਠੀਕ ਹੈ? ਮੈਨੂੰ ਵੀ ਮਾੜਾ ਜਿਹਾ ਕੰਮ ਜਾ, ਮੇਰੇ ਲਈ ਸੱਸ ਢਿੱਲੀ ਹੋ ਰਹੀ ਆ, ਤੈਨੂੰ ਪਤਾ ਹੋਰ ਤਾਂ ਕੋਈ ਦਵਾਈ ਦਵਾਉਣ ਵਾਲਾ ਹੈ ਨਹੀਂ।
ਮੈਂ ਤਾਂ ਉੱਧਰ ਜਾਣਾ। ਤੂੰ ਐਂ ਕਰੀ, ਜਿੱਦਣ ਕੋਈ ਕੰਮ ਵੱਧਦਾ ਦਿਖਿਆ ਬਈ ਮੈਨੂੰ ਬਿੱਲ ਮਾਰ ਦੀ, ਮੈਂ ਤੁਰਤ ਪੈਰ ਆ ਜੂ। ਜੇ ਰਜਾਮੰਦੀ ਨਾਲ ਨਿਮਕੇ ਲਿਜਾਂਦੇ ਨੇ ਤਾਂ ਬਈ ਤੋਰ ਦੀ, ਉਹਦੇ ਵਰਗਾ ਕੋਈ ਸੁੱਖ ਨਹੀਂ। ਬਸ ਠੀਕ ਆ, ਮੈਂ ਤਾਂ ਤੇਰੀ ਹੀ ਸਲਾਹ ਲੈਣੀ ਸੀ। ਬਸ ਤਾਂ ਬਾਕੀ ਜਿਵੇਂ ਤੂੰ ਕਰੇਗਾ, ਤੇਰਾ ਫੈਸਲਾ ਸਹੀ ਆ, ਮੈਂ ਤੇਰੇ ਨਾਲ ਆ। ਚੱਲ ਚੰਗਾ ਤਾਇਆ, ਚੱਲਦਾ ਮੈਂ। ਕਿਰਨ ਅੰਦਰ ਆ? ਹਾਂ, ਕਿਰਨਾਂ ਦਾ ਪਈਆ ਦਵਾਈ ਲੈ ਕੇ। ਚੱਲ ਮੈਂ ਉਹਦਾ ਪਤਾ ਲੈ ਕੇ ਜਾਂਦਾ। ਠੀਕ, ਚੰਗਾ ਤਾਇਆ। ਠੀਕ ਆ। ਕਿੰਨਾ ਪਤਾ? ਹਾਂਜੀ ਚੰਗੇ। ਲੈ ਆ ਪੀ ਮਾੜਾ ਦਵਾਈ ਦਾ ਘੋਲ। ਡੈਡੀ ਹਲੇ ਮੈਂ ਪੀਣਾ ਨੀ, ਰੱਖ ਦੇ ਮੈਨੂੰ। ਉੱਥੇ ਡਾਕਟਰ ਨੇ ਕਿਹਾ ਵੀ ਕਮਜ਼ੋਰੀ ਆ ਗਈ, ਹੈਂ ਪੀ ਲਾ, ਤਾਕਤ ਮਿਲੂਗੀ ਤੈਨੂੰ। ਉੱਠ ਮੇਰਾ ਸ਼ੇਰ, ਉੱਠ ਉੱਠ। ਉਹ ਬੱਲੇ ਬੱਲੇ ਬੱਲੇ, ਬਹੁਤ ਸਿਆਣਾ ਬਈ ਇਹਦਾ। ਪੀ ਮੇਰਾ ਸ਼ੇਰ। ਹੋਰ ਹੋਰ ਪੀ, ਸਾਰਾ ਪੀ ਜਾ, ਪੀ ਜਾ, ਪੀ ਜਾ, ਪੀ ਜਾ, ਪੀ ਜਾ, ਪੀ ਜਾ। ਸ਼ਾਬਾਸ਼, ਚੱਲ ਆਰਾਮ ਕਰੋ, ਪੈ ਜਾ। ਬੱਲੇ ਚਲੋ ਕਰਨਾ ਸੀ ਇਹ ਕਿੱਧਰ ਹੋ ਗਈ ਫਾਫੜੋ। ਸਤਿ ਸ੍ਰੀ ਅਕਾਲ ਬਾਈ, ਬਸ ਬਸ ਪਈ ਰਹਿੰਦੀ ਹੈ। ਬਹਿ ਜਾ ਮੰਮੀ ਜੀ, ਤੂੰ ਠੀਕ ਹੈ? ਹਾਂਜੀ ਪੁੱਤ, ਜਦੋਂ ਮੈਨੂੰ ਬਾਬੇ ਨੇ ਦੱਸਿਆ ਨਾ ਵੀ ਤੂੰ ਮਾਂ ਬਣਨ ਵਾਲੀ ਆ, ਸੱਚੀ ਮੇਰਾ ਤਾਂ ਧਰਤੀ ਤੇ ਪੱਬ ਨਹੀਂ ਲੱਗਾ, ਫਿਰ ਮੈਂ ਦਾਦੀ ਬਣਨ ਵਾਲੀ ਹੋ ਗਈ। ਬਸ ਵਾਹਿਗੁਰੂ ਤੇਰੀ ਤੰਦਰੁਸਤੀ ਰੱਖੇ ਕਿਰਨਾ ਧੀਏ। ਜੋ ਕੁਛ ਵੀ ਪਿੱਛੇ ਹੋ ਗਿਆ ਨਾ, ਬਸ ਹੋ ਗਿਆ। ਆਪਾਂ ਨਾ ਆਪਾਂ ਹੁਣ ਕਦੀ ਨਹੀਂ ਲੜਨਾ, ਤੂੰ ਇਸ ਮੇਰੀ ਗੱਲ ਨਾਲ ਸਹਿਮਤ ਆ ਨਾ ਪੁੱਤ? ਸਹੀ ਗੱਲ ਆ ਨਾ? ਦੇਖ ਲਓ ਭੈਣ ਜੀ, ਹੁਣ ਤਾਂ ਇਹਨਾਂ ਦੀ ਮਰਜ਼ੀ ਤੇ ਸਾਰਾ ਕੁਛ, ਇਹਨਾਂ ਨੇ ਮਿਲ ਕੇ ਰਹਿਣਾ ਜਾਂ ਨਹੀਂ, ਕਿਤੇ ਕੱਲ ਨੂੰ ਇਹ ਨਾ ਹੋਵੇ ਮੇਰੀ ਧੀ ਫਿਰ ਮੇਰੇ ਵਾਰ 'ਚ ਬੈਠੀ ਹੋਵੇ। ਹੁਣ ਆਪਣਾ ਮਨ ਠੋਰ ਲਓ ਤੁਸੀਂ। ਮੈਂ ਅੱਜ ਵੀ ਕਹਿੰਦਾ ਵੀ ਮੇਰੇ ਕੋਲ ਲੈਣ ਦੇਣ ਨੂੰ ਕੁਛ ਨਹੀਂ, ਫਿਰ ਕੱਲ ਨੂੰ ਕਿਤੇ ਫਿਰ ਦੇਸ਼ 'ਚ ਪਿੱਛੇ ਰੌਲਾ ਪਾਈ ਜਾਓ ਤੁਸੀਂ। ਤੂੰ ਦੱਸ ਬਾਬੇ। ਬਾਪੂ ਜੀ ਮੰਨਦਾ ਮੈਂ, ਜੋ ਕੁਛ ਪਹਿਲਾਂ ਹੋ ਗਿਆ ਨਾ ਸਾਡੇ ਤੋਂ ਬਹੁਤ ਵੱਡੀ ਗਲਤੀ ਸੀ ਉਹ, ਪਰ ਅਸੀਂ ਇਹ ਗਲਤੀ ਹੁਣ ਦੁਬਾਰਾ ਨਹੀਂ ਕਰਦੇ ਹੈਗੇ। ਕਿਰਨਾਂ ਨੂੰ ਮੈਂ ਖੁਸ਼ੀ ਖੁਸ਼ੀ ਆਪਣੇ ਕੋਲ ਰੱਖੂੰਗਾ। ਪਹਿਲੀਆਂ ਗੱਲਾਂ 'ਤੇ ਨਾ ਹੁਣ ਤੁਸੀਂ ਮਿੱਟੀ ਪਾਓ ਜੀ। ਉਹ ਪੁੱਤ ਮੈਂ ਤਾਂ ਬਥੇਰੀ ਮਿੱਟੀ ਪਾਈ, ਪਰ ਜਦ ਨੱਕ ਦੀ ਚੋਕੇ ਮੂੰਹ 'ਚ ਪੈ ਗਈ ਨਾ ਫਿਰ ਮੈਂ ਕਦਮ ਚੱਕਿਆ ਸੀ। ਨਿੱਕੀ ਦਾ ਜੀ ਕਰਦਾ ਧੀਆਂ ਨੂੰ ਘਰੇ ਬਿਠਾਉਣ ਨੂੰ, ਇਹ ਤਾਂ ਤੂੰ ਵੀ ਸਿਆਣਾ ਨਾ, ਤੇਰੀ ਭੈਣ ਆ ਉਹ ਵੀ ਬੇਹੀਬੀ ਆ, ਜੇ ਕੱਲ੍ਹ ਨੂੰ ਤੇਰੇ ਬਾਹਰ ਚਾ ਕੇ ਬਹਿ ਜਾਏ ਤੈਨੂੰ ਕਿੰਨਾ ਬੁਰਾ ਲੱਗੂ। ਭਾਈ ਸਾਹਿਬ ਜੀ ਸਾਨੂੰ ਘਰ ਆਇਆਂ ਨੂੰ ਹੋਰ ਸ਼ਰਮਿੰਦਾ ਨਾ ਕਰੋ। ਭੈਣ ਜੀ ਹੱਥ ਜੋੜਨ ਵਾਲੀ ਗੱਲ ਨਹੀਂ, ਤੁਸੀਂ ਹੱਥ ਨਾ ਜੋੜੋ। ਅਸੀਂ ਤਾਂ ਤੁਹਾਨੂੰ ਇਹੀ ਕਹਿ ਸਕਦੇ ਹਾਂ ਵੀ ਤੁਹਾਨੂੰ ਜੇ ਹੁਣ ਵੀ ਸਾਡੀ ਗਲਤੀ ਲੱਗਦੀ ਹੈ ਨਾ ਤਾਂ ਸਾਡਾ ਸਿਰ ਤੁਹਾਡੀਆਂ ਜੁੱਤੀਆਂ। ਉਹ ਭੈਣ ਜੀ ਇੱਕ ਅੱਧੀਆਂ ਗੱਲਾਂ ਕਰਦੇ ਹਾਂ, ਅਸੀਂ ਫਿਰ ਵੀ ਧੀ ਵਾਲੇ ਹਾਂ। ਧੀ ਵਾਲੇ ਤਾਂ ਤੁਸੀਂ ਹੈਗੇ ਆ, ਪਰ ਮੈਂ
ਮੈਂ ਪੁੱਤ ਵਾਲੀ ਹੋ ਕੇ ਜੋ ਤੁਹਾਡੇ ਨਾਲ ਕੀਤਾ ਨਾ, ਮੈਂ ਆਪਣੇ ਕੀਤੇ ਹੋਏ ਕੰਮਾਂ ਤੇ ਬੋਲਾਂ ਤੇ ਆਪ ਸ਼ਰਮਿੰਦਾ। ਮੈਂ ਕਦੀ ਸਮਝੀ ਨਹੀਂ ਕਿ ਕਰਨਾ ਵੀ ਕਿਸੇ ਦੀ ਧੀ ਹੈ। ਜਿਹੋ ਜਿਹੀ ਮੇਰੀ ਮਨਪ੍ਰੀਤ, ਉਹ ਜਿਹੀ ਕਰਨਾ। ਪਰ ਪਤਾ ਨਹੀਂ ਮੇਰੇ ਮੋਟੇ ਦਿਮਾਗ 'ਚ ਕੀ ਤੂੜੀ ਭਰੀ ਹੋਈ ਸੀ ਕਿ ਮੈਂ ਦਾਜ ਦਹੇਜ 'ਤੇ ਆ ਕੇ ਆਪਣੀ ਸੂਈ ਉਡਾ ਲੈਂਦੀ ਸੀ। ਮੈਨੂੰ ਪਤਾ ਨਹੀਂ ਸੀ ਵੀ ਜਿਸ ਬਾਪ ਨੇ ਆਪਣੀ ਧੀ ਦੇ ਦਿੱਤੀ ਨਾ, ਉਹਨੇ ਪਿੱਛੇ ਕੁਛ ਨਹੀਂ ਰੱਖਿਆ। ਧੀਆਂ ਤਾਂ ਜਿਗਰ ਦਾ ਟੁਕੜਾ ਹੁੰਦੀਆਂ, ਤੇ ਜਿਹਨੇ ਆਪਣੇ ਜਿਗਰ ਦਾ ਟੁਕੜਾ ਹੀ ਕੱਢ ਕੇ ਦੇ ਦਿੱਤਾ, ਉਸ ਬਾਪ ਕੋਲ ਰਿਹਾ ਕੀ ਹੈ। ਹਾਂਜੀ, ਅਸੀਂ ਕੁਛ ਨਹੀਂ ਕਹਿਣਾ ਤੁਹਾਨੂੰ, ਬਸ ਸਾਨੂੰ ਮਾਫ ਕਰ ਦਿਓ। ਅੱਗੇ ਤੋਂ ਤੁਹਾਨੂੰ ਨਾ ਏਦਾਂ ਦਾ ਕੋਈ ਵੀ ਮੌਕਾ ਨਹੀਂ ਮੈਂ ਦਿੰਦੀ। ਮੰਮੀ ਜੀ, ਤੁਸੀਂ ਮੇਰੇ ਤੋਂ ਮਾਫੀ ਨਾ ਮੰਗੋ, ਪਰ ਜੋ ਤੁਸੀਂ ਕੀਤਾ ਨਾ ਮੇਰੇ ਨਾਲ, ਉਹ ਮੈਂ ਕਦੇ ਭੁੱਲ ਨਹੀਂ ਸਕਦੀ ਹੈਗੀ। ਮੰਮੀ ਜੀ, ਮੈਂ ਤੁਹਾਨੂੰ ਕਦੇ ਆਪਦੀ ਸੱਸ ਨਹੀਂ ਮੰਨਿਆ ਸੀ, ਮੈਂ ਤੁਹਾਨੂੰ ਹਮੇਸ਼ਾ ਆਪਦੀ ਮਾਂ ਮੰਨਿਆ ਸੀ, ਕਿਉਂਕਿ ਮੇਰੀ ਮਾਂ ਤਾਂ ਮੈਨੂੰ ਨਿੱਕੇ ਹੁੰਦੇ ਹੀ ਛੱਡ ਕੇ ਵਗ ਗਈ ਸੀ। ਮੈਂ ਤਾਂ ਨਾ ਸਿਰਫ ਤੁਹਾਨੂੰ ਵੀ ਆਪਦੀ ਮਾਂ ਵਾਂਗੂ ਸਮਝਿਆ ਸੀ, ਪਰ ਤੁਸੀਂ ਨਹੀਂ ਮੈਨੂੰ ਆਪਦੀ ਧੀ ਸਮਝਿਆ। ਮੈਂ ਵੀ ਕੀ ਕਰ ਸਕਦੀ ਹਾਂ, ਕੋਸ਼ਿਸ਼ ਤਾਂ ਬਥੇਰੀ ਕਰਦੀ ਹਾਂ ਵੀ ਸਾਰਾ ਕੁਛ ਭੁੱਲ ਜਾ ਅਤੇ ਅੱਗੇ ਵੱਧ ਜਾ, ਪਰ ਕੀ ਕਰਾਂ, ਉਹ ਸਾਰੀਆਂ ਗੱਲਾਂ ਨਾ ਮੇਰੇ ਦਿਮਾਗ 'ਚੋਂ ਨਹੀਂ ਨਿਕਲ ਰਹੀਆਂ। ਕਰਨਾ, ਅਸੀਂ ਤੇਰੇ ਗੁਨਾਹਗਾਰ ਹਾਂ ਯਾਰ, ਮੈਂ ਮੰਨਦਾ ਅਸੀਂ ਤੇਰੇ ਨਾਲ ਬਹੁਤ ਜ਼ਿਆਦਾ ਵਧੀਕੀਆਂ ਕੀਤੀਆਂ, ਪਰ ਸੱਚ ਕਹਿਣਾ ਹੁਣ ਅਸੀਂ ਤੇਰੇ ਨਾਲ ਨਾ ਸੱਚੇ ਮਨ ਨਾਲ ਉਰੇ ਆਏ ਹਾਂ ਤੈਨੂੰ ਲਿਜਾਣ ਵਾਸਤੇ। ਜੋ ਕੁਛ ਪਹਿਲਾਂ ਹੋ ਗਿਆ ਨਾ, ਉਹ ਦੁਬਾਰੇ ਨਹੀਂ ਸੀ ਕਰਦੇ ਤੇਰੇ ਨਾਲ, ਯਕੀਨ ਕਰ ਸਾਡੇ 'ਤੇ ਯਾਰ। ਭਾਈ ਸਾਹਿਬ, ਪੁਰਾਣੀਆਂ ਗੱਲਾਂ ਭੁੱਲ ਜਾਓ ਜੀ, ਤੁਸੀਂ ਕਰਨਾ ਨੂੰ ਸਾਡੇ ਨਾਲ ਤੋਰੋ, ਅਸੀਂ ਕਰਨਾ ਤੋਂ ਬਿਨਾਂ ਨਹੀਂ ਹੁਣ ਜਾਣਾ। ਬਸ ਜੀ, ਠੀਕ ਹੈ ਭੈਣ ਜੀ, ਜੇ ਤੁਸੀਂ ਪੁਰਾਣੀਆਂ ਗੱਲਾਂ ਭੁਲਾ ਦੋਗੇ ਤਾਂ ਮੈਂ ਵੀ ਭੁੱਲ ਜੂੰਗਾ। ਚੱਲ ਕਰਨਾ, ਕੱਲ ਵੀ ਛੋਟੀ ਸੀ ਅੱਜ ਵੀ ਛੋਟੀ ਆ। ਚੱਲ ਕਰਨਾ, ਤਿਆਰ ਹੋ ਮੇਰੀ ਧੀ, ਆਪਾਂ ਖੁਸ਼ੀ ਖੁਸ਼ੀ ਆਪਣੇ ਘਰ ਚੱਲੀਏ। ਹਾਂਜੀ, ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਡੇ ਐਪੀਸੋਡ ਚੱਲ ਰਹੇ ਨੇ ਕਿਵੇਂ ਲੱਗੇ, ਸਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਤੁਸੀਂ ਸਾਡੀ ਇਹ ਵੈਬ ਸੀਰੀਜ਼ ਨੂੰ ਦਾ ਦਾਜ ਨੂੰ ਬਹੁਤ ਪਿਆਰ ਦੇ ਰਹੇ ਹੋ, ਅਤੇ ਐਵੇਂ ਸਾਡੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਵੀ ਪਿਆਰ ਦਿੰਦੇ ਰਹੇ ਹੋ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਲਾਈਕ ਕਰਿਆ ਕਰੋ, ਕਮੈਂਟ ਕਰ, ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਦਿਆ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸ਼ੈਲਜਾ ਵਾਲੀਆ, ਧੰਨਵਾਦ ਜੀ, ਧੰਨਵਾਦ ਜੀ।